ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਿਸ ਸ਼ਬਦ ਦੀ ਕੀਰਤਨ ਰੂਪ ਵਿੱਚ ਹਾਜ਼ਰੀ ਭਰ ਰਹੇ ਹਾਂ, ਇਹ ਸ਼ਬਦ ਹੈ ਆਸਾ ਮਹੱਲਾ ਪੰਜਵਾਂ, ਪਾਵਤ ਰਲੀਆ ਜੋਬਨ ਬਲੀਆ, ਨਾਮ ਬਿਨਾ ਮਾਟੀ ਸੰਗ ਰਲੀਆ। ਇਹ ਸ਼ਬਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 385 ਉੱਪਰ ਰਾਗ ਆਸਾ ਅੰਦਰ ਸਭਾਇਮਾਨ ਹੈ। ਇਹ ਸ਼ਬਦ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸਾਹਿਬ ਗੁਰੂ ਜੀ ਇਹ ਸ਼ਬਦ ਵਿੱਚ ਉਚਾਰਦੇ ਹਨ। ਇਹ ਸ਼ਬਦ ਵਿੱਚ ਗੁਰੂ ਜੀ ਫਰਮਾਉਂਦੇ ਹਨ ਕਿ ਇਹ ਪ੍ਰਭੂ ਦਾ ਨਾਮ ਸਰਵ ਸ਼ਕਤੀਮਾਨ ਹੈ। ਇਨਸਾਨ ਜਵਾਨੀ ਦੇ ਜੋਸ਼ ਵਿੱਚ ਰੰਗ ਰਲੀਆਂ ਮਾਰਦਾ ਹੈ, ਪਰ ਵਾਹਿਗੁਰੂ ਦੇ ਨਾਮ ਵਜੋਂ ਖਾ ਵਿਸਮਰ ਜਾਂਦਾ ਹੈ। ਉਸ ਕੋਲ ਭਾਵੇਂ ਕਈ ਕਿਸਮਾਂ ਦੇ ਗਹਿਣੇ ਪੁਸ਼ਾਕਾਂ ਅਤੇ ਸੁਖਦਾਇਕ ਪਲੰਘ ਮਾਣਨ ਲਈ ਹੋਣ, ਅਤੇ ਭਾਵੇਂ ਕਈ ਤਰ੍ਹਾਂ ਦੇ ਹਾਥੀ ਸਵਾਰੀ ਵਾਸਤੇ ਅਤੇ ਉਸਦੇ ਸੀਸ ਉੱਪਰ ਸੋਨੇ ਦਾ ਛੱਤਰ ਝੂਲਦਾ ਹੋਵੇ, ਜਿਸ ਦਾ ਉਸਦੇ ਮਨ ਵਿੱਚ ਹੰਕਾਰ ਹੋਵੇ, ਪਰ ਵਾਹਿਗੁਰੂ ਦੇ ਸਿਮਰਨ ਵਜੋਂ ਉਹ ਧਰਤੀ ਦੇ ਹੇਠ ਦਾ ਦਿੱਤਾ ਜਾਂਦਾ ਹੈ। ਮਾਇਆ ਮੁਨੀ ਦਾ ਵਹਿਕਿਆ ਹੋਇਆ ਪ੍ਰਾਣੀ ਬਲੀ ਵੇਚਾ ਬਣਦਾ ਹੈ। ਹੇ ਦੀਨ ਦਿਆਲ ਪ੍ਰਭੂ, ਮੈਂ ਤੇਰੀ ਸ਼ਰਨ ਆਇਆ ਹਾਂ, ਮੈਨੂੰ ਇਸ ਮਾਇਆ ਦੇ ਵਿਕਾਰਾਂ ਤੋਂ ਬਚਾਈ ਰੱਖੀ। Performing today's Shabad in Rag Asa. The time to sing this Shabad is in the early morning. This Shabad is on Ang 385 of Shri Guru Granth Sahib Ji and was composed by Shri Guru Arjan Dev Ji. In this Shabad, Shri Guru Arjan Dev Ji stated that the man enjoys their vibrant youth. However, without Nam, he mingles with dust. He may wear jewelry and fine clothes and have a comfortable home. He may even have elephants to ride and gold umbrellas carried over his head. But without the meditation of God, he is buried beneath the earth. Deluded by Maya, the mortal is led into sin and evil. Nanak proclaims he has sought the protection of the omnipotent and compassionate Lord. ਹੁਣ ਅਸੀਂ ਆਪਣੇ ਗਾਇਨ ਦੀ ਆਰੰਭਤਾ ਸ਼ਾਂਤ ਤੋਂ ਕਰਾਂਗੇ, ਜੋ ਕਿ ਤਾਲ ਤਿੰਨ ਤਾਲਾਂ ਦੇ ਤਾਲਬੱਧ ਹੈ ਅਤੇ ਮੰਗਲਾ ਚੰਨ ਵਿਲੰਬਤ ਏਕ ਤਾਲ ਵਿੱਚ ਹੈ। ਉਪਰੰਤ ਅਸੀਂ ਜਪ ਤਾਲ ਮਾਤਰਾ 10 ਅੰਦਰ ਸ਼ਬਦ ਗਾਇਨ ਕਰਾਂਗੇ ਜੀ। ਆਓ ਹੁਣ ਪਿਆਰ ਨਾਲ ਸ਼ਬਦ ਸਰਵਨ ਕਰੀਏ। Thank you.
ਵਾਹਿਗੁਰੂ ਜੀ ਕਾ ਖਾਲਸਾ।